ਅੱਜ ਥੋੜ੍ਹੀ ਜਿਹੀ ਬਰੀਫਿੰਗ ਦੇਵਾਂ ਕਿ ਜਿਹੜਾ ਵੀ ਫਸਟ 1 ਤਰੀਕ ਤੋਂ ਆਰਡਰ ਲਾਗੂ ਹੋਇਆ ਹੈ, ਉਸ 1 ਤਰੀਕ ਤੋਂ ਆਰਡਰ ਦੇ ਵਿੱਚ ਮੂਵਮੈਂਟ ਆਫ ਇੰਡੀਵਿਜੁਅਲਸ ਜਿਹੜੀ ਹੈਗੀ ਹੈ ਉਹ 9 ਵਜੇ ਤੋਂ ਲੈ ਕੇ 5 ਵਜੇ ਤੱਕ, ਰਾਤ ਦੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਹਿਬਿਟਿਡ ਹੈਗੀ ਹੈ। 5 ਵਜੇ ਤੋਂ ਦਿਨ ਦੇ ਰਾਤ ਦੇ 9 ਵਜੇ ਤੱਕ ਐਨੀ ਮੂਵਮੈਂਟ ਹੀ ਚਲਾਓ। ਠੀਕ ਹੈ, ਸ਼ੋਪਸ ਖੁੱਲ੍ਹਣ ਦਾ ਟਾਈਮ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਰਹੇਗਾ। ਠੀਕ ਹੈ, ਜਿਹਦੇ ਵਿੱਚ ਲਿਕਰ ਵੈਂਟਸ ਖੁੱਲ੍ਹਣ ਦਾ ਟਾਈਮ 8 ਵਜੇ ਤੋਂ ਲੈ ਕੇ 8 ਵਜੇ ਤੱਕ ਰਹੇਗਾ। ਅਤੇ ਬਾਰਬਰ ਸ਼ੋਪਸ ਜਿਹੜੀਆਂ ਵੀ ਹੈਗੀਆਂ ਆ, ਹੇਅਰ ਕੱਟ ਸੈਲੂਨ ਆਲਸੋ ਦੇ ਆਰ ਅਲਾਊਡ ਫਰੋਮ 7 AM ਟੂ 7 PM। ਅਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿਵੇਂ ਵੀ ਹੁਣ ਲੋਕਡਾਊਨ ਖੁੱਲ੍ਹ ਰਿਹਾ ਹੈਗਾ ਅਤੇ ਰਿਸਟ੍ਰਿਕਸ਼ਨ ਥੋੜ੍ਹੀ ਵੀ ਰਿਲੈਕਸ ਹੋ ਰਹੀਆਂ ਨੇ ਅਤੇ ਆਵਾਜਾਈ ਵੱਧ ਰਹੀ ਹੈਗੀ, ਅਤੇ ਇਸ ਦੇ ਵਿੱਚ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਅਤੇ ਪੂਰੇ ਨਕੋਦਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਹਲੇ ਮਹਾਂਮਾਰੀ ਸਾਡੇ ਵਿੱਚ ਚੱਲਦੀ ਪਈ ਹੈ, ਅਤੇ ਇਸ ਲਈ ਅਸੀਂ ਜਿਹੜੇ ਵੀ ਹੈਲਥ ਪ੍ਰੋਟੋਕੋਲਸ ਹੈਗੇ ਨੇ, ਮਾਸਕ, ਸੈਨੇਟਾਈਜ਼ਰਸ, ਇਸ ਦਾ ਪੂਰਾ ਪ੍ਰਬੰਧ ਰੱਖੀਏ, ਅਤੇ ਆਪਸ ਦੇ ਵਿੱਚ ਹਮੇਸ਼ਾ 2 ਮੀਟਰ ਦਾ 2 ਫਿਟ ਦਾ ਡਿਸਟੈਂਸ ਬਣਾ ਕੇ ਰੱਖੀਏ, ਕਮ ਸੇ ਕਮ 6 ਮੀਟਰ ਦਾ ਉਹਦੇ ਵਿੱਚ। ਅਤੇ ਸਾਰੇ ਵਾਸੀਆਂ ਨੂੰ ਇਹੀ ਅਪੀਲ ਹੈਗੀ ਕਿ ਉਹ ਆਪਣੀ ਸੇਫਟੀ ਅਤੇ ਪ੍ਰਾਇਰਿਟੀ ਨੂੰ ਪ੍ਰਾਇਰਿਟੀ ਰੱਖਣ ਅਤੇ ਆਪਣੇ ਡਿਸਟੈਂਸ ਮੇਨਟੇਨ ਕਰਨ, ਹੈਲਥ ਪ੍ਰੋਟੋਕੋਲਸ ਫੋਲੋ ਕਰਨ। ਕਿਸੇ ਦੇ ਵਿੱਚ ਵੀ ਅਗਰ ਤੁਹਾਨੂੰ ਕੋਈ ਵੀ ਸਿਮਟਮਸ ਰਿਪੋਰਟ ਹੁੰਦਾ ਹੈ ਤਾਂ ਇਮੀਡੀਏਟਲੀ ਐਡਮਿਨਿਸਟ੍ਰੇਸ਼ਨ ਨੂੰ ਉਸਦੇ ਬਾਰੇ ਰਿਪੋਰਟ। ਸਰ, ਜਿਵੇਂ ਕਿ 8 ਤਰੀਕ ਤੋਂ ਧਾਰਮਿਕ ਸਥਾਨ ਖੁੱਲ੍ਹ ਰਹੇ ਆ, ਉਹਨਾਂ ਵਾਸਤੇ ਕੀ ਪ੍ਰਕੋਸ਼ਨ ਆਏ ਆ? ਹਾਲੇ ਜੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਅਤੇ ਸਟੇਟ ਗਵਰਨਮੈਂਟ ਵੱਲੋਂ ਵੀ ਜਿਹੜੀਆਂ ਇੰਸਟਰਕਸ਼ਨਸ ਆਈਆਂ ਨੇ ਉਹਦੇ ਵਿੱਚ ਗਵਰਨਮੈਂਟ ਵੱਲੋਂ ਇਹੀ ਦੱਸਿਆ ਗਿਆ ਕਿ ਇਹਨਾਂ ਪਲੇਸਿਸ ਨੂੰ ਅਗਰ 8 ਤਰੀਕ ਤੋਂ ਬਾਅਦ ਜਿਵੇਂ ਵੀ ਗਵਰਨਮੈਂਟ ਦਾ ਫੈਸਲਾ ਹੋਏਗਾ ਉਹਦੀ ਗਾਈਡਲਾਈਨਸ ਹਲੇ ਇਸ਼ੂ ਹੋਣਗੀਆਂ। ਅਤੇ ਸਰ, ਕੁਛ ਲੋਕ ਹਜੇ ਵੀ ਜਿਹੜਾ ਹੈਗਾ ਮਾਸਕ ਨਹੀਂ ਪਾ ਰਹੇ ਹੈਗੇ, ਅਤੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਤੁਸੀਂ? ਸਭ ਨੂੰ ਅਸੀਂ ਅਪੀਲ ਕਰਦੇ ਹੈਗੇ ਕਿ ਜੀ ਆਪਣਾ ਮਾਸਕ ਪਾਓ, ਅਤੇ ਗਵਰਨਮੈਂਟ ਵੱਲੋਂ ਇਹਨਾਂ 'ਤੇ ਪੈਨਲਟੀ ਵੀ ਇੰਪੋਜ਼ ਕੀਤੀ ਗਈ ਹੈ, ਅਤੇ ਤੁਹਾਨੂੰ ਵੀ ਪਤਾ ਆਉਣ ਰੈਗੂਲਰਲੀ ਪੈਨਲਟੀਜ਼ ਇੰਪੋਜ਼ ਹੋ ਰਹੀਆਂ ਨੇ, ਵਿਦਾਊਟ ਮਾਸਕ 500 ਦੀ ਪੈਨਲਟੀ ਹੈਗੀ ਜਿਹੜੀ ਕਿ ਇੰਪੋਜ਼ ਕੀਤੀ ਜਾ ਰਹੀ ਹੈ। ਬਟ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਕਿ ਇਹ ਸਭ ਦੀ ਪ੍ਰੋਟੈਕਸ਼ਨ ਵੀ ਹੈਗਾ, ਇਹ ਤੁਹਾਡੀ ਪ੍ਰੋਟੈਕਸ਼ਨ, ਸਭ ਦੇ ਜਿਹਨੂੰ ਤੁਸੀਂ ਮਿਲ ਰਹੇ ਹੈਗੇ ਉਹਦੀ ਪ੍ਰੋਟੈਕਸ਼ਨ ਵੀ ਹੈਗਾ, ਅਤੇ ਕਿਰਪਾ ਕਰਕੇ ਲੋਕ ਆਪਣੇ ਹੈਲਥ ਸੇਫਟੀ ਦਾ ਧਿਆਨ ਰੱਖਣ। ਜਲੰਧਰ ਨਕੋਦਰ ਦੀ ਜਿਹੜੀ ਬੱਸ ਹੈਗੀ ਉਹ ਸਟੇਟ ਗਵਰਨਮੈਂਟ ਵੱਲੋਂ ਪੁੱਛਿਆ ਗਿਆ ਸੀ, ਉਸਨੂੰ ਅਸੀਂ ਇੱਕ ਰੂਟ ਪਲਾਨ ਬਣਾ ਕੇ ਜਲੰਧਰ ਨਕੋਦਰ ਦਾ ਗਵਰਨਮੈਂਟ ਨੂੰ ਭੇਜਿਆ ਗਿਆ ਹੈਗਾ, ਅਤੇ ਗਵਰਨਮੈਂਟ ਵੱਲੋਂ ਜਦ ਵੀ ਅਪਰੂਵਲ ਆ ਜਾਏਗਾ ਉਸ ਤੋਂ ਬਾਅਦ ਬੱਸ ਕਾਰਵਾਈ ਸ਼ੁਰੂ। ਅਤੇ ਸਰ, ਪਹਿਲੇ ਆਰਡਰ ਆਏ ਸੀ ਫਗਵਾੜਾ ਤੋਂ ਨਕੋਦਰ ਦੇ ਬੱਸ ਦੇ, ਪਰ ਫਿਰ ਵੀ ਨਕੋਦਰ ਦੀ ਬੱਸ ਜਿਹੜੀ ਹੈਗੀ ਕੋਈ ਨਹੀਂ ਆ ਰਹੀ ਹੈਗੀ, ਇਸ ਬਾਰੇ ਇਹਦੇ ਵਿੱਚ ਹੁਣ ਜਿਵੇਂ ਵੀ 1 ਤਰੀਕ ਤੋਂ ਬਾਅਦ ਥੋੜ੍ਹੀ ਜਿਹੀ ਮੂਵਮੈਂਟ ਆਫ ਬੱਸਿਸ ਸਟਾਰਟ ਕੀਤੀ ਹੈ ਨਾ, ਅਤੇ ਗਵਰਨਮੈਂਟ ਵੱਲੋਂ GM ਰੋਡਵੇਜ਼ ਡਿਪਾਰਟਮੈਂਟ ਨੂੰ ਪੁੱਛਿਆ ਗਿਆ ਸੀਗਾ ਕਿਹੜੀ ਕਿਹੜੀ ਬੱਸਿਸ ਦੇ ਵਿੱਚ ਕਿਹੜੇ ਕਿਹੜੇ ਰੂਟ ਦੇ ਵਿੱਚ ਜਿੱਥੇ ਜਿੱਥੇ ਬੱਸ ਸਟੈਂਡ ਦੇ ਉੱਤੇ ਮੈਡੀਕਲ ਸਕਰੀਨਿੰਗ ਹੋ ਸਕੇ, ਉਹ ਰੂਟਸ ਦੇ ਬਾਰੇ ਦੱਸਿਆ ਜਾਵੇ, ਤਾਂ ਉਹਦੇ ਵਿੱਚ ਅਸੀਂ ਜਲੰਧਰ ਨਕੋਦਰ ਰੂਟ ਬਾਰੇ ਭੇਜਿਆ ਹੈਗਾ ਗਵਰਨਮੈਂਟ ਨੂੰ, ਅਤੇ ਐਜ ਪਰ ਪ੍ਰੋਟੋਕੋਲਸ, ਹੈਲਥ ਪ੍ਰੋਟੋਕੋਲਸ ਜਿਹੜੇ ਇਸ਼ੂ ਹੋਣਗੇ ਅਤੇ ਬੱਸਿਸ ਉਸਦੇ ਹਿਸਾਬ ਨਾਲ ਗਵਰਨਮੈਂਟ ਦੇ ਅਪਰੂਵਲ। ਸਰ, ਇਹਦੇ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਚੱਲਣਗੀਆਂ ਜਾਂ ਪ੍ਰਾਈਵੇਟ ਵੀ ਚੱਲਣਗੀਆਂ? ਇਹ ਜਦੋਂ ਵੀ ਗਵਰਨਮੈਂਟ ਵੱਲੋਂ ਕਲੀਅਰ ਹੋਏਗਾ, ਆਈ ਥਿੰਕ ਸਰਕਾਰੀ ਹੋਣਗੇ, ਬਟ ਹਾਲੇ ਇਸ ਦੇ ਉੱਤੇ ਕਮੈਂਟ ਕਰਨਾ ਸਹੀ ਨਹੀਂ ਰਹੇਗਾ, ਜਦੋਂ ਵੀ ਸਰਕਾਰ ਵੱਲੋਂ ਗਾਈਡਲਾਈਨ ਆਉਣਗੇ ਉਹ ਤੁਹਾਨੂੰ ਦੱਸ ਪਾਉਂਗੇ। ਓਕੇ ਸਰ, ਥੈਂਕ ਯੂ।